ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੋ ਕਿ ਵਾਟਰ ਵਿੰਗ ਰਿਕਰੂਟਮੈਂਟ ਬਾਰੇ ਜਿਹੜੀ ਹੈ ਜੀ ਆਊਟ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਵਾਟਰ ਵਿੰਗ ਡਿਪਾਰਟਮੈਂਟ ਦੇ ਵਿੱਚ ਰਿਕਰੂਟਮੈਂਟ ਆਊਟ ਹੋਈ ਹੈ ਕਿਹੜੇ ਕਿਹੜੇ ਕੈਂਡੀਡੇਟ ਦੇ ਲਈ ਅਪਲਾਈ ਕਰ ਸਕਦੇ ਨੇ ਤੇ ਕੌਣ-ਕੌਣ ਅਪਲਾਈ ਕਰ ਪਾਏਗਾ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਮੈਂ ਤੁਹਾਨੂੰ ਦਵਾ ਸੋ ਵੀਡੀਓ ਨੂੰ ਤੁਸੀਂ ਐਂ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਲੇਟੈਸਟ ਰਿਕਰੂਟਮੈਂਟ ਅਪਡੇਟ ਦੇ ਲਈ ਜੁੜੇ ਰਹਿਣਾ ਹਰ ਇੱਕ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਜਿਸ ਦੇ ਥਰੂ ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਸਾਡੀ ਵੈਬਸਾਈਟ ਜੋ ਕਿ meetacademy.xyz ਹੈ ਉੱਥੋਂ ਸਾਰੇ ਜੌਬ ਰਿਲੇਟਡ ਅਪਡੇਟ ਲੈ ਚੱਲਦੇ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂ ਜੀ ਸਭ ਤੋਂ ਪਹਿਲਾਂ ਅਸੀਂ ਭਰਤੀ ਦੀ ਗੱਲ ਕਰ ਲੈਣੀ ਹੈ ਕਿਹੜੀ ਕਿਹੜੀ ਭਰਤੀ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਭਰਤੀ ਆਊਟ ਕੀਤੀ ਗਈ ਹੈ ਐਸਆਈ ਦੀ ਹੈ ਜਿਸ ਦੇ ਵਿੱਚ ਟੋਟਲ ਨੰਬਰ ਆਫ ਪੋਸਟ ਦੀ ਗੱਲ ਕਰਾਂ ਤਾਂ ਪੰਜ ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਔਰ ਇਸ ਦੇ ਵਿੱਚ ਤੁਹਾਡੀ ਸੈਲਰੀ 35400 ਤੋਂ ਲੈ ਕੇ 112400 ਜਿਹੜੀ ਹੈ ਰਹੇਗੀ ਐਸ ਪਰ ਲੈਵਲ 6 ਤੇ ਉਸ ਤੋਂ ਬਾਅਦ ਜਿਹੜੀ ਹੈ ਇੰਜਨ ਡਰਾਈਵਰ ਦੀ ਪੋਸਟ ਹੈ ਜੀ ਪੰਜ ਪੋਸਟਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਐਸਆਈ ਵਰਕਸ਼ਾਪ ਦੀਆਂ ਦੋ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਇਹ ਪੋਸਟਾਂ ਦੇ ਲਈ ਸੈਲਰੀ ਜਿਹੜੀ ਹੈ ਜੀ ਉਹ ਸੇਮ ਹੀ ਹੈ 35400 ਤੋਂ 1400 112400 ਰਹੇਗੀ ਉਸ ਤੋਂ ਬਾਅਦ ਗੱਲ ਕਰਾਂ ਤਾਂ ਇਸ ਦੇ ਵਿੱਚ ਹੈਡ ਕਨਸਟੇਬਲ ਮਾਸਟਰ ਦੀ ਵੈਕੈਂਸੀਆਂ ਨੇ ਜਿਸ 39 ਪੋਸਟਾਂ ਨੇ ਔਰ ਇਸ ਦੇ ਵਿੱਚ ਵੀ ਤੁਹਾਡੀ ਸੈਲਰੀ 25500 ਤੋਂ ਲੈ ਕੇ 81100 ਜਿਹੜੀ ਹੈ ਜੀ ਉਹ ਰਹੇਗੀ ਉਸ ਤੋਂ ਬਾਅਦ ਗੱਲ ਕਰਾਂ ਤਾਂ ਇੰਜਨ ਡਰਾਈਵਰ ਦੀ ਪੋਸਟ ਹੈ ਜੀ ਜਿਹਦੇ ਵਿੱਚ 56 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਠੀਕ ਹੈ ਜੀ ਔਰ ਉਸ ਤੋਂ ਬਾਅਦ ਹੈੱਡ ਕਨਸਟੇਬਲ ਵਰਕਸ਼ਾਪ ਮੈਕੈਨਿਕ ਡੀਜ਼ਲ ਪੈਟਰੋਲ ਇੰਜਨ ਦੀਆਂ ਚਾਰ ਪੋਸਟਾਂ ਨੇ ਇਸ ਦੇ ਵਿੱਚ ਵੀ ਸੇਮ ਤੁਹਾਡੀ ਸੈਲਰੀ ਰਹੇਗੀ ਉਸ ਤੋਂ ਬਾਅਦ ਹੈੱਡ ਕਨਸਟੇਬਲ ਵਰਕਸ਼ਾਪ ਮਸ਼ੀਨਿਸਟਸ ਦੀਆਂ ਨੇ ਇਸ ਦੇ ਵਿੱਚ ਇੱਕ ਪੋਸਟ ਆਊਟ ਕੀਤੀ ਗਈ ਹੈ ਉਸ ਤੋਂ ਬਾਅਦ ਗੱਲ ਕਰਾਂ ਕਨਸਟੇਬਲ ਕਰੂ ਦੀ ਜਿਹੜੀ ਹੈ ਜੀ 15 ਪੋਸਟ ਆਊਟ ਕੀਤੀਆਂ ਗਈਆਂ ਨੇ ਜ ਦੀ ਹੋ ਰਹਿਣ ਵਾਲੀ ਹੈ ਤੇ ਇਸ ਦੇ ਵਿੱਚ ਟੋਟਲ 127 ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਨੈਕਸਟ ਅਗਰ ਮੈਂ ਗੱਲ ਕਰਾਂ ਇਥੇ ਜਿਹਦੇ ਵਿੱਚ ਥੋੜੀ ਏਜ ਲਿਮਿਟ ਕੀ ਹੈ ਐਸਆਈ ਮਾਸਟਰਸ ਦੇ ਲਈ 22 ਤੋਂ ਲੈ ਕੇ 28 ਸਾਲ ਤੱਕ ਦੇ ਐਸਆਈ ਇੰਜਨ ਡਰਾਈਵਰ ਦੇ ਲਈ ਜਿਹੜੀ ਇਹ 22 ਤੋਂ 28 ਸੇਮ ਹੈ ਜੀ ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਐਸਆਈ ਵਰਕਸ਼ਾਪ ਦੇ ਲਈ 20 ਤੋਂ 25 ਐਸ ਐਸ ਹਾਈਡਰੋ ਸਟੇਬਲ ਮਾਸਟਰਸ ਦੇ ਲਈ 20 ਤੋਂ 25 ਔਰ ਉਸ ਤੋਂ ਬਾਅਦ نیچے ਸਾਰੀਆਂ ਪੋਸਟਾਂ ਦੇ ਲਈ 20 ਤੋਂ 25 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਏਜ ਰੈਲਾਕਸੇਸ਼ਨ ਐਸ ਪਰ ਗਵਰਨਮੈਂਟ ਨਾਮ ਦਿੱਤੀ ਜਾਏਗੀ ਐਸਆਈ ਮਾਸਟਰਸ ਦੇ ਲਈ ਪਲੱਸ 2 ਜਿਨ੍ਹਾਂ ਨੇ ਕੀਤੀ ਹੋਈ ਹੈ ਉਹ ਅਪਲਾਈ ਕਰ ਸਕਦੇ ਨੇ ਸੈਕੰਡ ਕਲਾਸ ਮਾਸਟਰ ਸਰਟੀਫਿਕੇਟ ਹੈਗਾ ਤੁਹਾਡੇ ਕੋਲ ਠੀਕ ਹੈ ਜੀ ਜੋ ਕਿ ਸੈਂਟਰਲ ਜਾਂ ਸਟੇਟ ਕਿਸੇ ਵੀ ਵਾਟਰ ਟਰਾਂ ਉਸੇ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਨੈਕਸਟ ਪੋਸਟ ਹੈ ਜੀ ਉਹ ਹੈਗੀ ਇੱਥੇ ਸਬ ਇਨਸਪੈਕਟਰ ਇੰਜਨ ਡਰਾਈਵਰ ਦੀ ਜਿਸ ਪਲੱਸ 2 ਵਾਲੇ ਕੈਂਡੀਡੇਟ ਐਲੀਜੀਬਲ ਨੇ ਫਰਸਟ ਕਲਾਸ ਇੰਜਨ ਡਰਾਈਵਰ ਸਰਟੀਫਿਕੇਟ ਇਸ਼ੂ ਹੋਣਾ ਚਾਹੀਦਾ ਤੁਹਾਡੇ ਕੋਲ ਜਿਹੜਾ ਕਿ ਸੈਂਟਰਲ ਸਟੇਟ ਇਨਲੈਂਡ ਵਾਟਰ ਟਰਾਂਸਪੋਰਟ ਅਥਾਰਟੀ ਵੱਲੋਂ ਹੈ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ ਸਬ ਇਨਸਪੈਕਟਰ ਵਰਕਸ਼ਾਪ ਦੀ ਪੋਸਟ ਹੈ ਜਿਸ ਦੇ ਲਈ ਬੈਚਲਰ ਡਿਗਰੀ ਤੁਸੀਂ ਕੀਤੀ ਹੋਈ ਹੈ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਕਿਸੇ ਵੀ ਰਿਕਗਨਿਡ ਯੂਨੀਵਰਸਿਟੀ ਤੋਂ 3 ਸਾਲ ਦਾ ਡ ਦੀ ਵੈਕੈਂਸੀ ਹੈ ਜਿਹਦੇ ਵਿੱਚ میٹرਿਕ ਵਾਲੇ ਕੈਂਡੀਡੇਟ ਐਲੀਜੀਬਲ ਨੇ ਠੀਕ ਹੈ ਜੀ ਔਰ ਸੀ ਰੰਗ ਤੁਹਾਡਾ ਸਰਟੀਫਿਕੇਟ ਤੁਹਾਡੇ ਕੋਲ ਹੈਗਾ ਤਾਂ ਅਪਲਾਈ ਕਰ ਸਕਦੇ ਹੋ ਜੀ ਔਰ ਇਸ ਦੇ ਵਿੱਚ ਇੰਜਨ ਡਰਾਈਵਰ ਦੀ ਪੋਸਟ ਦੇ ਲਈ میٹرਿਕ ਵਾਲੇ ਕੈਂਡੀਡੇਟ ਐਲੀਜੀਬਲ ਨੇ ਔਰ ਤੁਹਾਡੇ ਕੋਲ ਤੁਹਾਨੂੰ ਸੈਕੰਡ ਕਲਾਸ ਇੰਜਨ ਡਰਾਈਵਰ ਸਰਟੀਫਿਕੇਟ ਹੋਣਾ ਜ਼ਰੂਰੀ ਹੋਏਗਾ ਉਸ ਤੋਂ ਬਾਅਦ ਹੈਡ ਕਨਸਟੇਬਲ ਵਰਕਸ਼ਾਪ ਦੀ ਹੈ ਜਿਨ੍ਹਾਂ ਨੇ میٹرਿਕ ਦੇ ਨਾਲ ਨਾਲ ਆਈਟੀਆ ਕੀਤੀ ਹੋਈ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਡਿਪਲੋਮਾ ਕੀਤਾ ਹੋਇਆ ਹੈ ਠੀਕ ਹੈ ਜੀ ਔਰ ਇਸ ਦੇ ਵਿੱਚ ਮੋਟਰ ਮੈਕੈਨਿਕ ਦੇ ਵਿੱਚ ਕੀਤਾ ਹੋਇਆ ਡੀਜ਼ਲ ਪੈਟਰੋਲ ਇੰਜਨ ਦੇ ਵਿੱਚ ਕੀਤਾ ਹੋਇਆ ਉਹ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਔਰ ਨੈਕਸਟ ਕਨਸਟੇਬਲ ਕਰੂ ਦੀ ਹੈ ਜਿਹਦੇ ਵਿੱਚ میٹرਿਕ ਵਾਲੇ ਕੈਂਡੀਡੇਟ ਐਲੀਜੀਬਲ ਨੇ ਤੇ ਤੁਹਾਨੂੰ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੋ ਕਿ ਬੋਟ ਅ 260 ਐਚਪੀ ਤੋਂ ਬਿਲੋ ਦਿਏ ਨੇ ਉਹ ਇਹਦੇ ਲਈ ਤੁਸੀਂ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ ਤੁਹਾਨੂੰスイਮਿੰਗ ਜਿਹੜੀ ਹੈ ਡੀਪ ਵਾਟਰ ਦੇ ਵਿੱਚ ਆਉਣੀ ਚਾਹੀਦੀ ਹੈ ਵਿਦਆਊਟ ਕਿਸੇ ਅਸਿਸਟੈਂਟ ਅਸਿਸਟੈਂਸ ਤੇ ਇਹਦੇ ਵਿੱਚ ਐਪਲੀਕੇਸ਼ਨ ਜਿਹੜੀਆਂ ਨੇ ਐਸੈਪਟ ਕੀਤੀਆਂ ਜਾਣਗੀਆਂ ਸਿਰਫ ਸਿਰਫ ਔਨਲਾਈਨ ਮੋਡ ਦੇ ਥਰੂ ਤੇ ਲਾਸਟ ਡੇਟ ਜਿਹੜੀ ਹੈ ਜੀ 30 ਦਿਨ ਦੇ ਅੰਦਰ ਉਹ ਤੁਹਾਡੀ ਐਪਲੀਕੇਸ਼ਨ ਜਿਹੜੀਆਂ ਨੇ ਉਹ ਪਹੁੰਚ ਦੇਣੇ ਚਾਹੀਦੀਆਂ ਨੇ ਇਹਦੇ ਲਈ ਔਨਲਾਈਨ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ ਜੀ ਬਾਕੀ ਡੀਟੇਲਸ ਜਿਹੜੀਆਂ ਨੇ نیچے ਤੁਸੀਂ ਦੇਖ ਹੀ ਸਕਦੇ ਹੋ ਇਸ ਦੇ ਵਿੱਚ ਤੁਹਾਡੀ ਮੇਲ ਕੈਂਡੀਡੇਟਸ ਦੇ ਲਈ ਜੋ ਕੁਆਲਿਫਿਕੇਸ਼ਨ ਹੈ ਵੱਲੋਂ ਰਿਕੁਆਇਰ ਐਗਜ਼ਾਮੀਨੇਸ਼ਨ ਫੀ ਜਿਹੜੀ ਹੈ ਜੀ ਗਰੁੱਪ ਬੀ ਦੇ ਲਈ ਕਿਹੜੇ ਅਪਲਾਈ ਕਰ ਰਹੇ ਨੇ ਠੀਕ ਹੈ ਜੀ ਉਹਨੂੰ 200 ਰੁਪਏ ਦੇਣਾ ਪਏਗਾ ਕੈਂਡੀਡੇਟ ਨੂੰ ਗਰੁੱਪ ਸੀ ਦੀ ਪੋਸਟ ਦੇ ਲਈ 100 ਰੁਪਏ ਹੈ ਠੀਕ ਹੈ ਜੀ ਕਿਸੇ ਵੀ ਡਿਜੀਟਲ ਮੋਡ ਦੇ ਥਰੂ ਦੇ ਸਕਦੇ ਹੋ ਤੁਸੀਂ ਔਰ ਇਸ ਦੇ ਵਿੱਚ ਐਸਸੀ ਐਸਟੀ ਕੈਂਡੀਡੇਟ ਨੂੰ ਜਾਂ ਡਿਪਾਰਟਮੈਂਟਲ ਕੈਂਡੀਡੇਟ ਜਾਂ ਐਕਸਾਈਜ਼ ਮੈਂ ਕੈਂਡੀਡੇਟ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਹੈ ਜੀ ਉਹ ਪੇ ਨਹੀਂ ਕਰਨੀ ਹੋਏਗੀ ਔਰ ਇਹ ਨਾਨ ਰਿਫੰਡੇਬਲ ਹੈ ਔਰ ਇਸ ਦੇ ਵਿੱਚ ਤੁਸੀਂ ਜਿਹੜਾ ਰਿਕਰੂਟਮੈਂਟ.bsf.gov.in ਤੇ ਜਾ ਕੇ ਅਪਲਾਈ ਕਰਨਾ ਹੋਏਗਾ ਇਹ ਨੋਟੀਫਿਕੇਸ਼ਨ ਜਿਹੜਾ ਆਊਟ ਕੀਤਾ ਗਿਆ ਹੈ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਹੋਮ ਅਫੇਅਰ ਵੱਲੋਂ ਆਊਟ ਕੀਤਾ ਗਿਆ ਹੈ ਜੀ ਜੋ ਕਿ ਡਾਇਰੈਕਟਰ ਜਨਰਲ ਬੋਰਡ ਸਿਕਿਉਰਿਟੀ ਫੋਰਸ ਵੱਲੋਂ ਤਾਂ ਤੁਸੀਂ ਇਹਦੇ ਲਈ ਜ਼ਰੂਰ ਅਪਲਾਈ ਕਰਨਾ ਇਹ ਸ਼ਾਰਟ ਨੋਟੀਫਿਕੇਸ਼ਨ ਹੈ ਇਹਨਾਂ ਨੇ ਆਊਟ ਕੀਤਾ ਹੈ ਫੁੱਲ ਫਲੈਸ਼ ਨੋਟੀਫਿਕੇਸ਼ਨ ਹੈ ਦੀ ਵੈਬਸਾਈਟ ਤੇ ਤੁਹਾਨੂੰ ਮਿਲ ਜਾਵੇਗਾ ਸੋ ਜਲਦੀ ਨਾਲ ਜਾ ਕੇ ਅਪਲਾਈ ਕਰ ਲਓ ਲਿੰਕ ਸਾਰੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤੇ ਨੇ ਸੋ ਏਸੀ ਗਾਈਜ਼ ਦਾ ਨੋਟੀਫਿਕੇਸ਼ਨ ਮਿਲਦਾ ਜੀ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ